ਸਤਿ ਸ਼੍ਰੀ ਅਕਾਲ ਜੀ ਪੰਜਾਬ ਟੂਡੇ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਅੱਜ ਦੇ ਬੁਲੇਟਿਨ ਦੇ ਵਿੱਚ ਸਵਾਗਤ ਹੈ। ਅੱਜ ਅਚਾਨਕ ਮਲੇਰਕੋਟਲਾ ਖੇਤਰ ਵਿੱਚ ਅਮਰਗੜ੍ਹ ਦੇ ਮੌਜੂਦਾ ਵਿਧਾਇਕ ਪ੍ਰੋਫੈਸਰ ਜਸਵੰਤ ਸਿੰਘ ਗੱਜਣ ਮਾਜਰਾ ਦੇ ਘਰ ਅਤੇ ਫੈਕਟਰੀ ਵਿੱਚ CBI ਵੱਲੋਂ ਛਾਪਾ ਪੈਣ ਦੀ ਖਬਰ ਜੰਗਲ ਦੀ ਅੱਗ ਵਾਂਗੂ ਫੈਲੀ, ਜਿਸ ਵਿੱਚ ਕਈ ਮੀਡੀਆ ਚੈਨਲਾਂ ਵੱਲੋਂ ਇਸ ਨੂੰ ਬੈਂਕ ਘਪਲੇ ਨਾਲ ਵੀ ਜੋੜਿਆ ਗਿਆ। ਪਰ ਇਸ ਸੰਬੰਧੀ ਵਿਧਾਇਕ ਗੱਜਣ ਮਾਜਰਾ ਨੇ ਮੀਡੀਆ ਨਾਲ ਕੀਤੀ ਪ੍ਰੈਸ ਕਾਨਫਰੰਸ ਵਿੱਚ ਦੱਸਿਆ ਕਿ ਇਹ ਛਾਪਾ ਸਿਆਸੀ ਕਾਰਨਾਂ ਕਰਕੇ ਬਦਲਾਖੋਰੀ ਦੀ ਭਾਵਨਾ ਨਾਲ ਸਾਡੇ ਪਰਿਵਾਰ ਨੂੰ ਪਰੇਸ਼ਾਨ ਕਰਨ ਲਈ ਮਾਰਿਆ ਗਿਆ ਹੈ, ਜਿਸ ਦਾ ਉਹ ਕਾਨੂੰਨੀ ਤੌਰ ਤੇ ਜਵਾਬ ਦੇਣਗੇ। ਬਿਲਕੁਲ ਜੀ, ਇਹ ਤਾਂ ਮੈਨੂੰ ਲੱਗਦਾ ਸਾਨੂੰ ਤਾਂ ਖੁਦ ਨਹੀਂ ਦੱਸਿਆ, ਪਤਾ ਇਸ ਤਰ੍ਹਾਂ ਸੰਦੂਕ ਮੀਟਿੰਗ ਦੇ ਵਿੱਚ ਸੀਗੇ ਅਤੇ ਬਦਲਾਖੋਰੀ ਦੀ ਕਾਰਵਾਈ ਹੈ ਇਹ। ਮੈਨੂੰ ਲੱਗਦਾ ਵੀ ਕੇਂਦਰੀ ਏਜੰਸੀਆਂ ਕੋਲ ਸਾਰਾ ਕੁਛ ਉਹਨਾਂ ਨੇ ਆਪਣੀਆਂ ਜਿਹੜੀਆਂ ਤਾਕਤਾਂ ਉੱਭਰਦੀਆਂ ਨੇ ਉਹਨਾਂ ਨੂੰ ਦਬਾਉਣ ਦੇ ਖਾਤਰ ਆਪਣੀ ਤਾਕਤ ਦਾ ਇਸਤੇਮਾਲ ਕਰਦੇ ਨੇ। ਜੇ ਪਰ ਜਿਹੜੀ ਬੈਂਕ ਵੱਲੋਂ ਸ਼ਿਕਾਇਤ ਕੀਤੀ ਸੀ ਇਹ ਵੀ ਬੈਂਕ ਦਾ ਬਰਦਰ ਕਰਦੇ ਆ ਬਿਜ਼ਨਸ ਮੇਰੇ ਨਾਲ ਠੀਕ ਆ ਵੀ ਪਹਿਲਾਂ ਜੁਆਇੰਟ ਫੈਮਿਲੀ ਪਹਿਲਾਂ ਤੋਂ ਚੱਲਦੀ ਆ। ਮੈਂ ਤਾਂ ਬੈਂਕ ਨਾਲ ਕਦੇ ਵਰਤੇ ਹੀ ਨਹੀਂ, ਕਿਉਂਕਿ ਪਿਛਲੇ 25-30 ਸਾਲਾਂ ਤੋਂ ਸਾਰੇ ਵੀਰ ਜਾਣਦੇ ਨੇ। ਮੈਂ ਤਾਂ 28-30 ਸਾਲ ਹੋ ਗਏ, ਪਹਿਲਾਂ ਵੀ ਸਕੂਲ 'ਚ ਪੜ੍ਹਾਉਂਦਾ, ਸਕੂਲ 'ਚ ਰਿਹਾ, ਸਕੂਲ ਦਾ ਹੀ ਮੈਂ ਆਮ ਤੌਰ 'ਤੇ ਸਾਰੇ ਕੰਮ ਦੇ ਵਿੱਚ ਇਨਵੋਲਵਮੈਂਟ ਸੀ। ਅਤੇ ਬੈਂਕ ਦਾ ਜਾਂ ਬੈਂਕ 'ਚ ਜਾਂ ਇੱਥੇ ਕਦੇ ਕੰਪਨੀ 'ਚ ਮੈਂ ਤਾਂ 5-5 ਸਾਲ ਨਹੀਂ ਕਦੇ ਗਿਆ ਉੱਥੇ, 5-5 ਸਾਲ ਕਦੇ ਮੈਂ ਕੰਪਨੀ ਦੇ ਵਿੱਚ ਗਏ ਨਹੀਂ, ਕੋਈ ਮੀਟਿੰਗ ਨਾ ਦੂਸਰਾ ਨਾ ਕਦੇ ਸੈਨ ਕਦੇ ਇਹ ਨਹੀਂ। ਉਹ ਜੁਆਇੰਟ ਫੈਮਿਲੀ ਦੇ ਵਿੱਚ ਪਹਿਲਾਂ ਕਾਗਜ਼ਾਂ ਦੇ ਵਿੱਚ ਇਕੱਠੇ ਸੈਨ ਹੋਏ ਨਹੀਂ। ਦੇਖੋ ਹੁਣ ਭਾਜਪਾ ਨੂੰ ਪਤਾ ਵੀ ਜੇ ਆਉਣ ਵਾਲੇ ਭਵਿੱਖਾਂ ਤੋਂ ਆਮ ਆਦਮੀ ਪਾਰਟੀ ਦਾ ਅਤੇ ਦੁਨੀਆਂ ਬਦਲ ਰਹੀ ਆ, ਉਹ ਦੇਖਦੇ ਨੇ ਵੀ ਕਦੇ ਅਸੀਂ ਇਹਨਾਂ ਦੀ ਬਦਨਾਮੀ ਕਰ ਸਕਦੇ, ਕਿਉਂਕਿ ਹੁਣ ਤੁਸੀਂ ਦੇਖਦੇ ਹੋ ਸਾਰੇ ਇਲਾਕੇ ਦੇ ਵਿੱਚ ਸਾਡਾ ਤਾਂ ਮੈਨੂੰ ਲੱਗਦਾ ਸਾਰਾ ਓਪਨ ਹੈ, ਸਾਡੇ ਕੋਲ ਤਾਂ ਕਦੇ ਵੀ ਕੋਈ ਬੰਦਾ ਆਉਂਦਾ ਕਦੇ ਵੀ ਕਿਸੇ ਗੱਲ ਦੀ, ਆਮ ਬੰਦਾ ਵੀ ਜਾਂਚ ਕਰ ਸਕਦਾ, ਸਾਡੇ ਦੇ ਤਾਂ ਕੋਈ ਵੀ ਚੀਜ਼ ਅੰਡਰਗਰਾਊਂਡ ਕੋਈ ਹੁੰਦੀ ਹੀ ਨਹੀਂ। ਸਾਡੇ ਸਾਡਾ ਤਾਂ ਕਿਸੇ ਦਾ ਫੈਮਿਲੀ ਦਾ ਕੋਈ ਪ੍ਰਾਈਵੇਟ ਖਾਤਾ ਵੀ ਨਹੀਂ ਹੁੰਦਾ, ਜਿਹੜਾ ਕਦੇ ਇੱਦਾਂ ਦੀ ਗੱਲ ਹੈ ਹੀ ਨਹੀਂ। ਹੁਣ ਤੁਹਾਨੂੰ ਮੈਂ ਦੱਸ ਦੇਵਾਂ, ਮੈਂ ਖਬਰ ਸੁਣੀ ਸੀ ਚੈਨਲ 'ਤੇ, ਕਹਿੰਦੇ ਜੀ ਉਹ ਫੋਰਨ ਕਰੰਸੀ 88 ਨੋਟ ਲੈ, ਹੱਦ ਕਰਤੀ ਯਾਰ, ਕਮਾਲ ਦੀ ਗੱਲ ਆ ਵੀ ਕੋਈ ਸ਼ਰਮ ਵਾਲੀ ਗੱਲ ਵੀ ਚਾਹੀਦੀ ਹੈ। 88 ਨੋਟ ਐਵੇਂ ਨਹੀਂ ਦੱਸਿਆ ਵੀ ਕਿਹੜੀ ਕਰੰਸੀ ਹੈ ਕਿੰਨੀ ਆ, ਉਹ ਇੰਨੇ ਇੰਨੇ ਤਾਂ ਦੋ ਦੋ ਚਾਰ ਚਾਰ ਨੋਟ ਤਾਂ ਬੈਂਕ ਦੇ ਵੈਸੇ ਬੱਚੇ ਅੱਜ ਕੱਲ੍ਹ ਕਰੰਸੀ ਦੇ ਤੌਰ 'ਤੇ ਰੱਖ ਲੈਂਦੇ। ਮੇਰਾ ਭਤੀਜਾ ਪਹਿਲਾਂ ਵਾ ਇੰਗਲੈਂਡ ਦੇ ਵਿੱਚ ਪੜ੍ਹਦਾ ਸੀ, ਮੇਰੀ ਬੇਟੀ ਵਾਰ ਆ, ਬੇਟਾ ਵਾਰ ਨੇ, ਆਉਂਦੇ ਨੇ ਜਾਂਦੇ ਨੇ, ਅਤੇ 88 ਨੋਟ ਕਹਿੰਦੇ ਫੋਰਨ ਕਰੰਸੀ। ਇੱਕ ਪਾਸੇ ਏਡੀ ਏਡੀਆਂ ਗੱਲਾਂ ਕਰਦੇ, ਦੂਜੇ ਪਾਸੇ ਇੱਦਾਂ ਦੀਆਂ ਗੱਲਾਂ ਕਰਦੇ, ਬੜੀ ਹਾਸੋਹੀਨ ਗੱਲ ਹੈ ਵੀ ਇੱਦਾਂ ਦੀ ਮੀਡੀਆ 'ਚ ਨੂੰ ਵੀ ਥੋੜ੍ਹੀ ਜਿਹੀ ਠੀਕ ਆ ਵੀ ਸਾਡਾ ਪੋਲੀਟੀਕਲ ਕੈਰੀਅਰ ਆ, ਉਸ ਨੂੰ ਗੱਲ ਨੂੰ ਜ਼ਿਆਦਾ ਹੈਲਪ ਦੇ ਰਹੇ ਨੇ। ਹੁਣ ਇਸ ਕਿਸਮ ਦੀ ਨਹੀਂ, ਜਿਹੜੇ ਕੋਰਟ ਨੇ ਫੈਸਲਾ ਆਖਰ ਕੁਛ ਵੀ ਹੋ ਜਾਵੇ, ਫੈਸਲਾ ਤਾਂ ਕੋਰਟ ਨੇ ਕਰਨਾ, ਕੋਰਟ ਦੇ ਵਿੱਚੋਂ ਬਿਲਕੁਲ ਵੀ ਤੁਹਾਨੂੰ ਤੁਸੀਂ ਫਿਰ ਵੀ ਮੇਰੀ ਬੈਠ ਲਿਓ, ਬਿਲਕੁਲ ਪਾਕ ਪਵਿੱਤਰ ਅਤੇ ਕੋਰਟ ਦੇ ਵਿੱਚ ਸਾਫ਼ ਸਾਰ ਲੋਕ ਜਿਹੜੇ ਨੇ ਵੀ ਜਿਵੇਂ ਕੰਧ ਪੰਜਾਬ ਦੀ ਉਸ ਨੇ ਮੈਨੂੰ ਲੱਗਦਾ ਵੀ ਇਹ ਵੀ ਸਾਰਾ ਕੁਛ ਬੜੀ ਸਾਜਿਸ਼ ਦੇ ਨਾਲ ਹੁੰਦਾ, ਬੜੀ ਪਲੈਨਿੰਗ ਦੇ ਨਾਲ ਹੁੰਦਾ, ਤੇ ਕੋਈ ਦਿੱਕਤ ਨਹੀਂ। ਅਸੀਂ ਪਹਿਲਾਂ ਵੀ ਅੱਜ ਤੋਂ ਮੈਂ ਤਾਂ ਬੜੇ ਧਰਮਸ਼ਾਲਾ ਦਾ ਸਕੂਲ ਸ਼ੁਰੂ ਕੀਤਾ ਸੀ, ਉਹ ਯਾਰ ਅਸੀਂ ਤਾਂ ਕਦੇ ਅੱਜ ਤੱਕ ਮੇਰੇ ਕੋਲ ਤਾਂ ਕੋਈ ਹੈ ਨਹੀਂ, ਸਾਰੇ ਲੋਕਾਂ ਨੇ ਇੱਕ ਗੱਲ ਸੁਣਨੀ ਹੈ, ਕਿਸੇ ਬੰਦੇ ਨੂੰ ਵੀ ਅੱਜ ਤੱਕ ਕੋਈ ਸ਼ਿਕਾਇਤ ਨਹੀਂ। ਅਤੇ ਵੀ 19-18 ਨੂੰ ਸਹੁੰ ਚੁੱਕਦੇ ਨੇ, 21-22 ਤੱਕ ਤਾਂ ਸਾਡਾ ਉਹਨੇ 21 ਤਰੀਕ ਨੂੰ ਉਹਨੇ ਉਹਦਾ ਮਤਲਬ ਇਹਨਾਂ ਦੀ ਕਾਰਵਾਈ ਦਾ ਮਹੀਨੇ ਬਾਅਦ ਦਰਦ ਹੋਇਆ, 20-15 ਦਿਨ ਉਹ ਲੋਕਾਂ ਕੋਲ ਆਉਂਦੇ ਜਾਂਦੇ ਰਹੇ, ਕਦੇ ਪ੍ਰੈਸ ਕੋਲ ਵੀ ਵੈਰ ਲਈਆਂ ਨੇ, ਅਤੇ ਜਦੋਂ ਉਹਨੇ ਮਿਲਦਾ ਤਾਂ ਇਹ ਕਿਹਾ ਵੀ ਮੈਂ ਤੁਹਾਨੂੰ ਸੁਸਾਈਡ ਕਰੂੰਗਾ, ਉਸ ਤੋਂ ਬਾਅਦ ਕਾਰਵਾਈ ਹੋਈ ਹੈ। ਅਤੇ ਅਸੀਂ ਨਾਲੇ ਜਿਹੜਾ ਕਰੂ ਉਹ ਕਰੂ, ਹੁਣ ਗੱਲ ਆਹ ਕੇਸ ਲਾ ਲਾ, ਉਹ ਲਾ ਲਾ, ਹੋਰ ਲਾ ਲਾ, ਜੇ ਕੋਈ ਬੰਦਾ ਦੋਸ਼ੀ ਹੋਊਗਾ ਉਹਨੂੰ ਕੌਣ ਮਾਫ਼ ਕਰ ਦੂਗਾ, ਕੋਰਟ ਨਹੀਂ, ਅੱਜ ਕੇਸ ਤਾਂ ਹੋ ਜੂਗਾ ਸਰ, ਅਤੇ ਕੱਲ੍ਹ ਕੋਰਟ ਆਮ ਆਦਮੀ ਪਾਰਟੀ ਨੇ ਜੀਰੋ ਟੋਲਰੈਂਸ ਆ, ਬਿਲਕੁਲ ਅਸੀਂ ਦੇਖੋ ਉਹਨਾਂ ਦੇ ਸਾਰਿਆਂ ਨੂੰ ਭੈਣ ਭਰਾਵਾਂ ਮੰਗ ਕਹਿੰਦੇ, ਆਪਦੇ ਬੱਚੇ ਨੂੰ ਸਾਡੇ, ਅਸੀਂ ਚਾਹੁੰਦੇ ਹਾਂ ਵੀ ਤੁਹਾਨੂੰ ਮਤਲਬ ਵਾਪਸ ਲੈ ਕੇ ਆਪਦੇ ਕੰਮ 'ਤੇ ਆਉਣਾ ਚਾਹੀਦਾ। ਜੇ ਕੋਈ ਕਿਸੇ ਦੇ ਨਾਲ ਹੋਊਗੀ ਤਾਂ ਕੋਰਟ ਬੈਠੀ ਆ,
ਪਹਿਲਾਂ ਪਰਚਾ ਦਰਜ ਤਾਂ ਕੋਈ ਵੀ ਕਰ ਸਕਦਾ, ਅੱਗੇ ਫੈਸਲਾ ਤਾਂ ਕੋਰਟ ਨੇ ਕਰਨਾ ਨਾ। ਮੈਂ ਨਹੀਂ ਸਮਝਦਾ ਵੀ ਭਰੋਸਾ ਕਰਨਾ ਚਾਹੀਦਾ, ਅਸੀਂ ਵੀ ਹੁਣ ਆਪਦੇ ਵਾਲੇ ਕੇਸ ਵੀ ਕੋਰਟ 'ਤੇ ਭਰੋਸਾ ਕਰਾਂਗੇ ਅਤੇ ਸਭ ਨੂੰ ਕਰਨਾ ਚਾਹੀਦਾ। ਮਾਂ ਨੂੰ ਰੱਬ ਦਾ ਦੂਸਰਾ ਰੂਪ ਕਿਹਾ ਜਾਂਦਾ ਹੈ ਅਤੇ ਮਾਂ ਨੂੰ ਸਨਮਾਨ ਦੇਣ ਲਈ ਹੀ ਅਸੀਂ ਪੂਰੇ ਵਿਸ਼ਵ ਵਿੱਚ ਹਰ ਸਾਲ 8 ਮਈ ਦੇ ਦਿਨ ਨੂੰ ਮਦਰਸ ਡੇ ਦੇ ਤੌਰ 'ਤੇ ਉਹਨਾਂ ਮਾਵਾਂ ਨੂੰ ਸਮਰਪਿਤ ਕਰਦੇ ਹਾਂ ਜਿਨ੍ਹਾਂ ਨੇ ਮਾਂ ਹੋਣ ਦਾ ਪੂਰਾ ਤੌਰ 'ਤੇ ਆਪਣਾ ਫਰਜ਼ ਬਖੂਬੀ ਨਿਭਾਇਆ। ਮੰਮਾ ਗਰੀਬੀ 'ਚ ਚਲੋ ਰਹੇ ਨੇ, ਜ਼ਿਆਦਾ ਮਿਹਨਤ ਬੜੀ ਕੀਤੀ ਉਹਨਾਂ ਨੇ ਮੇਰੇ ਲਈ, ਇੰਨਾ ਮੈਨੂੰ ਸਟੈਂਡ ਕੀਤਾ, ਪੜ੍ਹਾਇਆ ਲਿਖਾਇਆ ਹੈ, ਹਮੇਸ਼ਾ ਖੁਸ਼ ਰੱਖਿਆ ਮੈਨੂੰ, ਕਦੀ ਕਿਸੇ ਚੀਜ਼ ਦੀ ਕਮੀ ਨਹੀਂ ਆਉਣ ਦਿੱਤੀ। ਤੁਸੀਂ ਕੀ ਸੋਚਿਆ ਫਿਰ? ਮੰਮਾ ਨੇ ਤੁਹਾਡੇ ਵਾਸਤੇ ਸੋਚਿਆ ਹੈ ਕਿ ਮੈਂ ਆਪਣੀ ਬੇਟੀ ਨੂੰ ਪੜ੍ਹਾਉਣਾ ਲਿਖਾਉਣਾ, ਉਹਨੂੰ ਆਪਣੇ ਪੈਰਾਂ 'ਤੇ ਖੜਾ ਕਰਨਾ, ਤੁਸੀਂ ਆਪਣੀ ਮੰਮਾ ਵਾਸਤੇ? ਮੈਂ ਇਹੀ ਸੋਚਿਆ ਕਿ ਮੈਂ ਪੜ੍ਹ ਲਿਖ ਕੇ ਮੰਮਾ ਦੀ, ਚਲੋ ਜੋ ਮੈਂ ਮੰਮਾ ਦੀ ਇੰਨੀ ਕੁ ਹੈਲਪ ਕਰਾਂਗੀ, ਉਹਨਾਂ ਨੂੰ ਹਮੇਸ਼ਾ ਖੁਸ਼ ਰੱਖਾਂਗੀ, ਕੋਈ ਚੀਜ਼ ਦੀ ਕਮੀ ਨਾ ਉਹਨਾਂ ਨੂੰ ਆਵੇ, ਜਿਹੜੀ ਚੀਜ਼ ਚਲੋ ਤਰਸਦੇ ਰਹੇ ਨੇ ਮੈਂ ਉਹ ਚੀਜ਼ ਉਹਨਾਂ ਨੂੰ ਲੈ ਕੇ ਦੇਵਾਂਗੀ, ਜੋ ਚੀਜ਼ ਤੋਂ ਕਮੀ ਰਹੀ ਹੈ ਉਹ ਚੀਜ਼ ਮੈਂ ਹਰ ਇੱਕ ਕਮੀ ਪੂਰੀ ਕਰਾਂਗੀ। 2009 'ਚ ਮੇਰੇ ਹਸਬੈਂਡ ਦੀ ਡੈਥ ਹੋ ਗਈ ਹੈ, ਉਸ ਤੋਂ ਬਾਅਦ ਬਸ ਸਟਰਗਲ ਹੀ ਮੇਰੀ ਲਾਈਫ 'ਚ ਗਿਆ ਸਾਰਾ। ਇਹਨਾਂ ਦੇ ਜਾਣ ਤੋਂ ਬਾਅਦ ਕੋਈ ਸਾਡੇ ਕੋਲ ਆਪਣਾ ਵੀ ਨਹੀਂ, ਫਾਈਨੈਂਸ਼ਲੀ ਵੀ ਨਹੀਂ ਸੀ ਕੁਛ ਹੈਗਾ, ਅਤੇ ਨੌਕਰੀ ਵਾਸਤੇ ਬਾਹਰ ਬੜੇ ਧੱਕੇ ਖਾਧੇ, ਕਿਤੇ ਨੌਕਰੀ ਨਹੀਂ ਮਿਲੀ, ਅਤੇ ਮਿਲਦੀ ਵੀ ਸੀ ਤਾਂ ਸਾਰੀ ਦਿਹਾੜੀ ਮੇਰੀ ਪੂਰੀ ਦਿਹਾੜੀ ਉੱਥੇ ਲੰਘ ਜਾਂਦੀ ਸੀ, ਛੋਟਾ ਬੱਚਾ ਸੀ, ਬੱਚੇ ਨੂੰ ਵੀ ਦੇਖਣਾ ਪੈਂਦਾ ਸੀ, ਇਸ ਕਰਕੇ ਮੈਂ ਨੌਕਰੀ ਛੱਡ ਦਿੱਤੀ। ਲੋਕਾਂ ਦੇ ਘਰਾਂ 'ਚ ਭਾਂਡੇ ਮਾਂਜੇ, ਕੱਪੜੇ ਧੋਤੇ, ਜਿੱਥੋਂ ਤੱਕ ਮੇਰੇ ਕੋਲ ਹੋ ਸਕਿਆ ਮੈਂ ਮਿਹਨਤ ਕੀਤੀ ਹੈ ਸਰ। ਅਤੇ ਅਖਬਾਰਾਂ ਦਾ ਕੰਮ ਜਦੋਂ ਲਿਫਾਫਾ ਬਣਾਉਣਾ ਸ਼ੁਰੂ ਕੀਤਾ ਅਖਬਾਰਾਂ, ਉਹ ਫਿਰ ਕਿਸ ਤਰ੍ਹਾਂ ਸ਼ੁਰੂ? ਸਰ ਇਹ ਮੇਰੇ ਮਾਇਕੇ ਵੀ ਪਹਿਲਾਂ ਕੰਮ ਕਰਦੇ ਰਹੇ ਲਿਫਾਫੇ ਦਾ, ਮੈਂ ਬਸ ਉਹਨਾਂ ਨੂੰ ਦੇਖ ਕੇ ਮੇਰੇ ਵੀ ਬੈਠੇ ਇੱਕ ਦਿਨ ਦਿਮਾਗ 'ਚ ਆਇਆ ਕਿ ਜਦੋਂ ਹੀ ਬਾਹਰ ਕੰਮ ਮਿਲਦਾ ਤਾਂ ਮੈਂ ਘਰ ਹੀ ਸ਼ੁਰੂ ਕਰਦੀ ਹਾਂ। ਮੈਂ ਸਕੂਲ ਦੀਆਂ ਕਾਪੀਆਂ ਤੋਂ ਥੋੜ੍ਹਾ ਬਹੁਤ ਉਹ ਤੋਂ ਬਣਾਉਣਾ ਸ਼ੁਰੂ ਕੀਤਾ, ਜਦੋਂ ਫਿਰ ਮਾਰਕੀਟ 'ਚ ਮੇਰੇ ਅੱਧੇ ਹੀ ਕੋਈ ਵਾਕਫਾਂ ਨੇ ਦੁਕਾਨਾਂ ਲਗਵਾ ਦਿੱਤੀਆਂ, ਫਿਰ ਮੈਂ ਅਖਬਾਰ ਤੋਂ ਲਿਆ ਕੇ ਅਤੇ ਕੰਮ ਸ਼ੁਰੂ ਕੀਤਾ। ਬੀਤੇ ਦਿਨੀ ਰੋਪੜ ਦੇ ਨਜ਼ਦੀਕ ਭਾਖੜਾ ਨਹਿਰ ਵਿੱਚ ਆਪਣੀ ਕਾਰ ਸੁੱਟ ਕੇ ਆਤਮ ਹੱਤਿਆ ਕਰਨ ਵਾਲੇ ਮੋਹਾਲੀ ਦੇ ਗੁਰਚਰਨ ਸਿੰਘ ਦੀ ਮੌਤ ਦੇ ਮਾਮਲੇ ਵਿੱਚ ਉਸ ਦੀ ਪਤਨੀ ਦੇ ਬਿਆਨਾਂ 'ਤੇ 4 ਵਿਅਕਤੀਆਂ ਖਿਲਾਫ ਮੁਕੱਦਮਾ ਦਰਜ ਕੀਤਾ ਗਿਆ। DSP ਸਾਹਿਬ, ਕੀ ਹੁਣ ਸਟੇਜ ਹੈਗੀ ਹੈ, ਕਿਉਂਕਿ ਮਾਮਲਾ ਦਰਜ ਹੋ ਗਿਆ ਦੱਸਿਆ ਜਾ ਰਿਹਾ? ਹਾਂਜੀ, ਅਸੀਂ ਪਰਚਾ ਦਰਜ ਕਰਕੇ ਜਿਹੜੀ ਪੋਸਟਮਾਰਟਮ ਕਰਵਾ ਰਹੇ ਹਾਂ, ਪੋਸਟਮਾਰਟਮ ਕਰਾਉਣ ਤੋਂ ਬਾਅਦ ਬੋਡੀ ਜਿਹੜੀ ਵਾਰਸਾ ਦੇ ਹਵਾਲੇ ਕਰ ਦਿੱਤੀ ਜਾਊਗੀ। ਪਰਚਾ ਉਹਦੀ ਜਿਹੜੀ ਹੈ ਮ੍ਰਿਤਕ ਉਹਦੀ ਵਾਈਫ ਦੇ ਬਿਆਨਾਂ ਦੇ ਆਧਾਰ 'ਤੇ ਦਰਜ ਕੀਤਾ ਗਿਆ। ਕਿਹੜਾ ਪਰਚਾ ਦਰਜ? 306 IPC ਦੇ 4 ਬੰਦੇ ਦੇ ਖਿਲਾਫ ਦਰਜ ਕੀਤਾ ਗਿਆ। ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਕਰਨ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਹੈ, ਤਾਂ ਕਿ ਪਾਣੀ ਦਾ ਦਿਨੋ ਦਿਨੀ ਨੀਵੇਂ ਹੋ ਰਹੇ ਪੱਧਰ ਨੂੰ ਉੱਚਾ ਰੱਖਿਆ ਜਾ ਸਕੇ, ਜਿਸ ਦੇ ਲਈ ਸਰਕਾਰ ਵੱਲੋਂ ਸਿੱਧੀ ਬਿਜਾਈ ਦਾ 20 ਮਈ ਸਮਾਂ ਨਿਰਧਾਰਿਤ ਕੀਤਾ ਹੈ ਅਤੇ ਝੋਨੇ ਦੀ ਹੱਥੀ ਬਿਜਾਈ ਕਰਨ ਲਈ 20 ਜੂਨ ਦਾ ਸਮਾਂ ਨਿਰਧਾਰਿਤ ਕੀਤਾ ਹੈ। ਦੇਖੋ, ਜਿਹੜੇ ਕਿਸਾਨਾਂ ਦੇ ਪ੍ਰਤੀ ਸਰਕਾਰ ਪਤਾ ਨਹੀਂ ਕਿਉਂ ਇੰਨਾ ਸਟੈਂਡ ਲੈ ਲੈਂਦੀ ਹੈਗੀ, ਜਿਹੜਾ ਕੁਝ ਏਰੀਏ ਦੇ ਵਿੱਚ 18 ਤੋਂ ਸ਼ੁਰੂ ਕੀਤੀ ਹੈ, ਕੁਝ 20 ਤੋਂ, ਕੁਛ 22 ਚੋਂ, ਇਹ 3 ਦਿਨਾਂ ਦੇ ਨਾਲ ਨਾ ਤਾਂ ਕੋਈ ਪਾਣੀ 'ਤੇ ਅਸਰ ਪੈਣਾ, ਨਾ ਬਿਜਲੀ 'ਤੇ ਅਸਰ ਪੈਣਾ, ਜ਼ਿਆਦਾ ਘੱਟੋ ਘੱਟ ਹਫ਼ਤੇ ਦਾ ਇੱਕ ਦਾ ਫੈਸਲਾ ਰੱਖਦੇ ਉਹ, ਅਤੇ ਸਾਨੂੰ ਜਿਹੜੇ ਕਿਸਾਨ ਜਥੇਬੰਦੀਆਂ ਤੌਰ 'ਤੇ ਜਾਂ ਕਿਸਾਨਾਂ ਦੀ ਗੱਲ ਕਰ ਲਈਏ, ਇਹ ਠੀਕ ਨਹੀਂ ਲੱਗਦਾ, ਕਿਉਂਕਿ ਮੰਗ ਤਾਂ ਅਸੀਂ ਕਰ ਰਹੇ ਹਾਂ ਵੀ ਜਿਹੜੀ ਝੋਨੇ ਦੀ ਲਵਾਈ ਆ ਉਹ 1 ਜੂਨ ਤੋਂ ਕੀਤੀ ਜਾਵੇ, ਪਰ ਸਰਕਾਰ ਨੇ ਵੀ ਪਿਛਲੀਆਂ ਸਰਕਾਰਾਂ ਦੇ ਤਹਿਤ ਜਿਹੜੇ ਵਾਅਦੇ ਕੀਤੇ ਸੀ ਉਹ ਤੋਂ ਮੁੱਕਰ ਕੇ ਹੁਣ 20 ਜੂਨ 'ਤੇ ਲੈ ਗਈ ਝੋਨੇ ਨੂੰ, ਇਹ ਕਦੇ ਵੀ ਬਰਦਾਸ਼ਤ ਨਹੀਂ ਹੋਊਗਾ। ਝੋਨਾ ਹੈ ਜਿਹੜਾ ਅਸੀਂ ਘੱਟੋ ਘੱਟ ਜੇ ਪਿਛਲੀ ਤਰੀਕ ਹੈ ਦੂਸਰੀਆਂ ਸਰਕਾਰਾਂ ਦੀ ਰੱਖੀ ਹੋਈ ਉੱਥੇ ਤਾਂ ਰੱਖੀ ਜਾਵੇ 10 ਤਰੀਕ, ਅਤੇ 10 ਤਰੀਕ ਤੋਂ ਝੋਨੇ ਦੀ ਜੇ ਲਵਾਈ ਹੈ ਜਿਹੜੀ ਸ਼ੁਰੂ ਕਰਾਂਗੇ। ਦੂਜਾ ਇਹਨਾਂ ਨੇ ਕਿਹਾ ਵੀ ਜਿਹੜੀ ਪਨੀਰੀ ਲਾਉਣੀ ਹੈ ਵੀ 20 ਮਈ, ਇਹ ਕੋਈ ਗਰੰਟੀ ਨਹੀਂ ਹੁੰਦੀ ਵੀ 20 ਮਈ ਵਾਲੀ ਬੀਜੀ ਹੋਈ ਉਸ ਦਿਨ ਤਿਆਰ ਹੋਜੂ ਕਿ ਨਾ ਹੋਊਗੀ, ਇਹ ਕਿਸਾਨਾਂ 'ਤੇ ਨਿਰਭਰ ਹੈ। ਸਰਕਾਰਾਂ ਨੂੰ ਇਹਨਾਂ ਬਾਰੇ ਕੋਈ ਐਡਾ ਬਹੁਤਾ ਨਹੀਂ ਤਜਰਬਾ ਹੈਗਾ, ਤਜਰਬੇਕਾਰ ਅਸਲ ਕਿਸਾਨ ਹੀ ਨੇ ਵੀ ਕਿਹੜਾ ਜਿਹੜੀ ਵਰਾਇਟੀ ਹੈ ਕਦੋਂ ਲੱਗਣੀ ਹੈ, ਜਿਹੜੀ ਹੁਣ ਜਿਵੇਂ ਪੂਸਾ 44 ਹੈ, ਕੁਝ ਕਿਸਮਾਂ ਹੋਰ ਨੇ, ਉਹ ਲੰਮਾ ਸਮਾਂ ਲੈਂਦੀਆਂ ਕਿ 20 ਮਈ ਨੂੰ ਅਸੀਂ ਪੌਦ ਲਾ ਕੇ ਅਤੇ 20 ਜਿਹੜੀ ਜੂਨ ਹੈ ਉਦੋਂ ਤਿਆਰ ਹੋ ਜੂ, ਕੋਈ ਗਰੰਟੀ ਹੈ? ਇਹ ਇਹਨਾਂ ਦੇ ਆਪਦੇ ਮੰਨ ਲਓ ਫੈਸਲੇ ਨੇ ਸਰਕਾਰਾਂ ਦੇ, ਇਹ ਕਦੇ ਵੀ ਲਾਗੂ ਨਹੀਂ ਹੋਣਗੇ ਨਾ ਲਾਗੂ ਹੋਣ ਦੇਈਏ। ਝੋਨੇ ਦੀ ਜਿਹੜੀ ਲਵਾਈ ਹੈ ਅਸੀਂ ਤਾਂ ਕਹਿੰਦੇ ਹਾਂ ਵੀ ਘੱਟੋ ਘੱਟ 1 ਜੂਨ ਤੋਂ ਕੀਤੀ ਜਾਵੇ। ਇਹ ਕਹਿੰਦੇ ਵੀ ਜਿਹੜੀ ਠੀਕ ਹੈ ਲਾਈਟ ਆ, ਅਸੀਂ ਵੀ ਉਹ ਤੋਂ ਪਹਿਲਾਂ ਦੇ ਨਹੀਂ ਸਕਦੇ, ਕਿਸਾਨ ਆਪਦਾ ਜਨਰੇਟਰ 'ਤੇ ਉਹ ਕਰਨ, ਕਿਉਂਕਿ ਮੈਂ ਹੁਣ
45 एकड़ झोना लाना है कि फिर मैं उतने 20 जून तो ला के मेरे किन्ने मतलब मई भी आह जुलाई आ जाऊगी मैं कितने कितने हो करी जाऊँ जी लेबर है वो समस्या बनू जी डेट दी हैगी 1 जून तो करना जे 10 दिन के किसान जिदे को 20 किले है 10 किले है वो आपका कुछ ना कुछ थोड़ा थोड़ा ला के मान लो सौखे ढंग के नाल लेबर तो पानी का प्रबंध हो सकता कुछ नहरी मिल सकता उन्होंने इक्के लागत डेट होर पिछे ले जाने करके तो संकट है जोड़ा किसानों के उपर भी आऊगा बिजली के उपर भी आऊगा पानी के उपर भी आऊगा इस करके साडे ठीक नहीं है इनू असी रद्द करते हैं तो जी लवाई है वह घट्टो घट 1 जून तक की जाए। देखो जिहड़ा सरकार ने एक नवी तरीक नवा फैसला दिता है कि जिहड़ा झोने की लवाई है वो 20 तरीक तो 22 जां 2-3 डेटा दित्तियां कि 18 भी दित्ती है कि 20 तरीक जां 22 तरीक तो जिहड़ा झोने की लवाई शुरू करनी है पर असी तो देखो यही कहांगे कि जिहड़ा ये डेटा सरकार ने दित्तियां है ये गलत है जिन्ना आपां पहलां वालियां सरकारां ने 10 तरीक दित्ती हुई सी वो 10 तरीक भी असी तां लेट मानदे सी इन्हां ने 10 दिन होर ज़्यादा लेट करता उहदे नाल की होगा एक तो जिहड़ा किसान है उहनूं ये पानी की आपां बचत नहीं कह सकते ना 10 दिनां नाल डेट पिछे पाउण नाल पानी की बचत होवे सगों पानी जिहड़ा दुगणा खराब होगा उस नाल लाइट मोटर वाली लाइट आउंदी है बिजली ते भी संकट पऊगा क्योंकि कट्ठा जोर पऊगा ना ही कट्ठी लेबर मिल सकती है ना ही जिहड़ी कट्ठी फसल है फसल का एक टाइम हुंदा कोई समा हुंदा ये नहीं है कि आपां आ सर पिछलियां ने 10 तरीक करी सी इन्हां ने 20 करती गाहां कोई होर आजूगा वो 10 दिन होर वधा दूगा फसल आपदे समय ते चलदी है समय ते पकदी है फसल दा टाइम देखना चाहिए ना कि आपां नूं पानी मान लो पानी असी भी चाहते हैं कि पानी बचे असी खराब नहीं करना चाहते पर फसलां आपदे टाइम ते उगदियां आपदे टाइम ते बड्डियां कट्टियां जांदियां ने उन्हां दा कोई समा हुंदा है सानूं असी किसान होण दे नाते इन्ना कदा जानकारी हैगी है कि कदों फसल बीजनी है कदों पनीरी लाउणी है जिवें भगवंत मान जी ने दस्सिया कि तुसीं 20 मई तो मतलब कि पनीरी की खेती करो पनीरी लाओ तो 22 जून तो मतलब अपना झोना लाओ ये सानूं दसन की लोड़ नहीं असी जिन्ने क टाइम दे विच पनीरी तैयार हुंदी है किसान आपे जानी जाण है उन्हूं पता है कि महीने च हुंदी है जां 20 दिनां च हुंदी है जां 1.5-1.5 महीने च हुंदी है पनीरी असी आपदी पिछे तुहानूं देख रहे होंगे कि असी ला भी लई है हो भी गई है पुंगर गई है 10 तरीक जे आपां मिठी चलो उही टीचा असी रख के तुरे हाँ जिवें सरकार कहिंदी है कि साढ़े कोल उदू 20 तरीक तो पहला बिजली नहीं दे सकते वो चाहे आपका बिजली देन चाहे ना देन पर इन्ना क जरूर पूछना चाहते हैं कि फिर पिछलियां सरकारां तो तुसीं सानूं की नवां ते की बख दे रहे हो तुसीं तां सगों उदू भी पंजाब नूं अगे ले जाण दी बजाए पिछे लेके जा रहे हो किसानी नूं पिछे लेके जा रहे हो जिहड़ा इंसान किसानी नूं चाहे कोई सीएम है चाहे कोई लीडर है किसानी नूं पिछे ले गया वो अपने सारे देश नूं पिछे पा रहा है। अजकल पंजाब दे खेतां विच किसान कणक दी फसल वढ़दे हन अते झोना बीजण लई रातों रात पानी दीआं वड्डीआं मोटरां चलाउंदे हन तां जो खेत विच पानी पहुंच जावे अते अगले दिन झोना लाया जावे पर किसान दीआं इन्हां पानी वाली मोटरां ते रात नूं चोर फरीदकोट दे कोटकपुरा दे पिंड कोठे धालीवाल च चोरी करन लई पहुंच जांदे हन देर रात चोर मोटरां चोरी करन अते बिजली दीआं कीमती तारां चोरी करन लई पहुंच गए पर उन्हां दी किस्मत माड़ी रही कि किसान भी उन्हां तक पहुंच गए। पिछले ना कुछ समय के चोरी दी वारदातां जिहड़ियां काफ़ी रिपोर्ट कीतियां जा रही सीगियां सानूं तो जिहदे चलदियां थाना सिटी पुलिस वल्लों काफ़ी एफर्ट्स किए गए चोरों ट्रेस करन दे ते इहदे विच सानूं दो मुकदमियां दे विच कामयाबी मिली हैगी आ एक असी मुकदमा नंबर 96 जिहड़ा दर्ज किया हैगा इहदे विच बिजली दीआं तारां चोरी हो रही सीगियां जिमींदारां दीआं मोटरां दीआं ते उहदे विचों असी एक चोर उहदे विचों रवि कुमार द्वारेना रोड दा हैगा इहनूं गिरफ्तार किया हैगा तो ये कोलों जिहड़ा चोरी दीआं कीतीआं होईआं मोटरां दीआं तारां बिजली वालीआं वो रिकवर भी होईआं इहदे कोल तो इस तरह एक स्नैचिंग का मुकदमा असी 95 नंबर FIR जिहड़ी साडे दर्ज होई हैगी आ सिटी पुलिस स्टेशन दे विच उहदे विच भी एक मोटरसाइकिल साढ़े इत्थे खोह का मुकदमा जिहड़ा हैगा सानूं जदों रिपोर्ट किया गया तो पुलिस वल्लों काफ़ी मुस्तैदी नाल उत्ते वर्क करके तो अजय कुमार दा नाम का एक दोषी हैगा जिहड़ा असी गिरफ़्तार किया है तो उहदे तों जिहड़ा स्नैच किया गया सीगा मोटरसाइकिल उह रिकवर होया जिहड़ा तां जी बिजली दीआं तारां चोरी होईआं उह च 379-411 IPC दे तहत मुकदमा दर्ज किया गया
ਅਤੇ ਜਿਹੜਾ ਮੋਟਰਸਾਈਕਲ ਸਨੈਚ ਹੋਇਆ ਸੀ 95 ਨੰਬਰ ਮੁਕੱਦਮਾ ਹੈਗਾ ਉਹ ਅਸੀਂ 341 379 ਵੀ IPC ਦੇ ਤਹਿਤ ਮੁਕੱਦਮਾ ਦਰਜ ਕਰਕੇ ਤਫਤੀਸ਼ ਅਮਲ 'ਚ ਲਿਆਉਂਦੀ ਜਾ ਰਹੀ ਹੋ ਜੀ। अरुणाचल प्रदेश च 15 रेजीमेंट च तैनात सूबेदार हरदीप सिंह नूं अचानक दिल दा दौरा पैण कारण शहीद हो गए। सूबेदार हरदीप सिंह दी मृतक दे अज उहनां दे जद्दी पिंड बरादा विखे नसमस्तक होवेगी। शहीद दीआं अंतिम रस्मां च वड्डी अते पिंड दे शहीद नूं श्रद्धांजलि देण पहुंचणगे इलाका दे आगू। ਬਹੁਤ ਮਹਾਨ ਮਹਿਸੂਸ ਹੁੰਦਾ ਕਿ ਉਹ ਇੱਦਾਂ ਚਲੋ ਜਿੱਦਾਂ ਮਰਜ਼ੀ ਸਾਨੂੰ ਛੱਡ ਕੇ ਤਾਂ ਚੱਲ ਗਏ, ਪਰ ਬਹੁਤ ਇੱਕ ਦਿਲੋਂ ਮਾਣ ਵੀ ਮਹਿਸੂਸ ਹੁੰਦਾ ਕਿ ਦੇਸ਼ ਲਈ ਕੁਛ ਕਰਕੇ ਗਏ ਨੇ। ਅਤੇ ਕਦੀ ਵੀ ਉਹਨਾਂ ਨੇ ਇਹ ਨਹੀਂ ਕਰਨਾ ਵੀ ਚਲੋ ਸਾਰੀ ਲਾਈਫ ਉਹਨਾਂ ਨੇ ਉੱਥੇ ਹੀ ਆਪਣੀ ਸਪੈਂਡ ਕਰ ਦਿੱਤੀ ਉੱਥੇ ਮਿਲਟਰੀ 'ਚ ਹੀ। ਅਤੇ ਬਸ ਇਹੀ ਹੈ ਕਿ ਹੁਣ ਪਰਮਾਤਮਾ ਉਹਨਾਂ ਦੀ ਰੱਖੇ, ਸ਼ਾਂਤੀ ਰੱਖੇ ਆਤਮਾ ਜਿੱਥੇ ਵੀ ਹੋਣ, ਬਾਕੀ ਹੁਣ ਰੱਬ ਦਾ ਭਾਣਾ ਦਾ ਜੀ ਮੰਨਣਾ ਹੀ ਪੈਣਾ ਆ। ਉਹਨਾਂ ਦੀ ਅਮਰਤਾ ਵਾਸਤੇ ਜਿਹੜਾ ਪਿੰਡ ਦੇ ਵਿੱਚ ਯਾਦਗਾਰੀ ਰਵੇ, ਕੀ ਚਾਹੁੰਦੇ ਹੋ ਤੁਸੀਂ, ਕੁਛ ਮੰਗ ਕਰਨਾ ਚਾਹੁੰਦੇ ਸਰਕਾਰ ਤੋਂ ਜੀ? ਕੋਈ ਉਹਨਾਂ ਲਈ ਉਹ ਬਣਨਾ ਚਾਹੀਦਾ ਮੈਮੋਰੀਅਲ ਕੋਈ ਬਣਨਾ ਚਾਹੀਦਾ, ਕੁਛ ਬਣਨਾ ਚਾਹੀਦਾ ਆ ਉਹਨਾਂ ਦੇ, ਚਲੋ ਸੈਕਰੀਫਾਈਸ ਕੀਤਾ ਆ, ਚਲੋ ਚਾਹੀਦਾ ਕੋਈ, ਚਲੋ ਬਾਕੀ ਡਿਪੈਂਡ ਕਰਦਾ ਆ ਗੌਰਮੈਂਟ 'ਤੇ ਵੀ ਬਸ। ਠੀਕ ਹੈ, ਬੋਲੋ ਕੀ ਕਹਿਣਾ ਚਾਹੁੰਦੇ? ਸੂਬੇਦਾਰ ਹਰਦੀਪ ਸਿੰਘ ਜੀ ਦੀ ਇਸ ਸ਼ਹਾਦਤ 'ਤੇ ਮੇਰੇ ਮਾਨਯੋਗ ਮੁੱਖ ਮੰਤਰੀ ਜੀ ਨੇ, ਭਗਵੰਤ ਮਾਨ ਜੀ ਨੇ, ਆਮ ਆਦਮੀ ਸਰਕਾਰ ਵੱਲੋਂ, ਪੰਜਾਬ ਸਰਕਾਰ ਵੱਲੋਂ ਬਤੌਰ ਸਾਡੇ ਤਿੰਨ ਇੱਥੇ ਮੇਰੇ ਨਾਲ ਦੋ MLA ਸਾਹਿਬਾਨ ਖੜ੍ਹੇ ਨੇ, ਰਾਜਾ ਜੀ ਔਰ ਕੁੰਮਨ ਸਾਹਿਬ, ਸਾਡੀ ਡਿਊਟੀ ਲਗਾਈ ਹੈ ਕਿ ਪਰਿਵਾਰ ਨਾਲ ਮੁੱਖ ਮੰਤਰੀ ਜੀ ਵੱਲੋਂ ਸਾਰੇ ਪਿਆਰ ਪਰਿਵਾਰ ਨਾਲ ਬਹੁਤ ਸੰਵੇਦਨਾ ਹੈ ਇਸ ਦੁੱਖ ਦੀ ਘੜੀ ਦੇ ਵਿੱਚ, ਉਹਨਾਂ ਦੀ ਸ਼ਹਾਦਤ ਦੀ ਇਹਦੇ ਵਿੱਚ ਬਹੁਤ ਜਿਹੜਾ ਪਰਿਵਾਰ ਦੇ ਨਾਲ ਆਮ ਆਦਮੀ ਸਰਕਾਰ, ਪੰਜਾਬ ਸਰਕਾਰ ਹਰ ਵੇਲੇ ਖੜ੍ਹੀ ਹੈ। ਔਰ ਸਹਾਇਤਾ ਰਾਸ਼ੀ ਦੀ ਗੱਲ ਕੀਤੀ, 1 ਕਰੋੜ ਦੀ ਸਹਾਇਤਾ ਰਾਸ਼ੀ, ਔਰ ਪਰਿਵਾਰ ਦੇ ਇੱਕ ਬੱਚੇ ਨੂੰ ਨੌਕਰੀ ਦਾ ਮੁੱਖ ਮੰਤਰੀ ਜੀ ਨੇ ਵਿਸ਼ਵਾਸ ਦਵਾਇਆ ਜਿਹੜੇ ਕਿ ਨਾਲੋ ਨਾਲ ਹੀ ਜਿਹੜੀ ਸਹਾਇਤਾ ਰਾਸ਼ੀ ਦਿੱਤੀ ਜਾਏਗੀ। ਲੁਧਿਆਣਾ ਦੇ ਵਿੱਚ ਆਏ ਦਿਨ ਟ੍ਰੈਫਿਕ ਜਾਮ ਅਤੇ ਰੇਹੜੀਆਂ ਫੜੀਆਂ ਵੱਲੋਂ ਜਾਮ ਲੱਗਣ ਦੇ ਮੁੱਦੇ ਸਾਹਮਣੇ ਆਉਂਦੇ ਰਹਿੰਦੇ ਹਨ। ਕੁਝ ਦੁਕਾਨਦਾਰਾਂ ਵੱਲੋਂ ਪਾਰਕਿੰਗ ਦੇ ਨਾਮ 'ਤੇ ਨਜਾਇਜ਼ ਵਸੂਲੀ ਦਾ ਮਾਮਲਾ ਵੀ ਸਾਹਮਣੇ ਆਇਆ ਸੀ। ਇੱਦਾਂ ਦਾ ਹੀ ਮਾਮਲਾ ਲੁਧਿਆਣਾ ਦੇ ਘੁਮਾਣ ਮੰਡੀ ਵਿੱਚ ਦੇਖਣ ਨੂੰ ਮਿਲਿਆ। ਪ੍ਰਸ਼ਾਸਨ ਵੱਲੋਂ ਆਪਣਾ ਕੰਮ ਕਰਦੇ ਹੋਏ ਰੇਹੜੀਆਂ ਤਾਂ ਚੁਕਵਾ ਦਿੱਤੀਆਂ, ਪਰ ਕਾਰ ਪਾਰਕਿੰਗ ਦੀ ਗੱਲ ਕਰੀਏ ਤਾਂ ਕਾਰ ਪਾਰਕਿੰਗ ਦੇ ਜਗ੍ਹਾ ਘੱਟ ਹੋਣ ਕਰਕੇ ਲੋਕ ਸੜਕਾਂ 'ਤੇ ਆਪਣੀ ਗੱਡੀਆਂ ਲਗਾ ਲੈਂਦੇ ਹਨ, ਜਿਸ ਨਾਲ ਟ੍ਰੈਫਿਕ ਦਾ ਜਾਮ ਅਕਸਰ ਦੇਖਣ ਨੂੰ ਮਿਲਦਾ ਹੈ। ਪ੍ਰਸ਼ਾਸਨ ਵੱਲੋਂ, ਸਾਡੀਆਂ ਸਰਕਾਰਾਂ ਵੱਲੋਂ ਕਿਹਾ ਕੁਛ ਜਾਂਦਾ ਹੈ, ਲੇਕਿਨ ਦੇਖਣ ਨੂੰ ਕੁਝ ਹੋਰ ਹੀ ਮਿਲਦਾ ਹੈ। ਹੁਣ ਤੁਸੀਂ ਅਗਰ ਆਬਾਦੀ ਦੀ ਗੱਲ ਕਹੀਏ ਤਾਂ ਇੱਕ ਲੁਧਿਆਣੇ ਦਾ ਮੇਨ ਜਿਸ ਤਰ੍ਹਾਂ ਕਿ ਚੋੜਾ ਬਾਜ਼ਾਰ ਤਾਂ ਕਿਹਾ ਗਿਆ, ਲੇਕਿਨ ਬਾਜ਼ਾਰ ਦੇ ਵਿੱਚੋਂ ਲੰਘਣ 'ਤੇ ਸਾਈਕਲ ਵਾਲੇ ਨੂੰ ਵੀ ਮੁਸ਼ਕਿਲ ਆਉਂਦੀ ਆ, ਅਤੇ ਇੰਨੇ ਭੀੜ ਭੜੱਕਾ ਉਹਦੇ 'ਚ ਦੁਕਾਨਦਾਰਾਂ ਦੇ ਕਬਜ਼ੇ। ਉਸ ਤੋਂ ਇਲਾਵਾ ਅਗਰ ਆਪਾਂ ਦੂਸਰੇ ਪਾਸੇ ਆ ਜਾਂਦੇ ਹਾਂ, ਘੁਮਾਰ ਮੰਡੀ ਲੁਧਿਆਣੇ ਸ਼ਹਿਰ ਦਾ ਇੱਕ ਹਾਰਟ ਹੈ ਔਰ ਪੋਸ਼ ਏਰੀਆ ਆ, ਔਰ ਉੱਥੋਂ ਦੇ ਲਗਜ਼ਰੀ ਗੱਡੀਆਂ, ਕਰੋੜਾਂ ਰੁਪਈਆਂ ਦੀਆਂ ਗੱਡੀਆਂ ਲੋਕ ਲੈ ਕੇ ਘੁੰਮਦੇ ਨੇ। ਇੰਨੀ ਟ੍ਰੈਫਿਕ ਦੀ ਸਮੱਸਿਆ ਹੈ, ਸਭ ਤੋਂ ਪਹਿਲਾਂ ਦੁਕਾਨਦਾਰਾਂ ਦੇ ਕੋਲ ਵਧੀਆ ਤਰੀਕੇ ਨਾਲ ਪਾਰਕਿੰਗ ਨਹੀਂ ਹੈਗੀ। ਅਗਰ ਪਾਰਕਿੰਗ ਜਿਹੜੀ ਹੈਗੀ ਆ ਤਾਂ ਉਹ ਦੁਕਾਨਾਂ ਵਾਲੇ ਆਪਣੇ ਕਰਿੰਦੇ ਰੱਖੇ ਹੋਏ ਆ ਜਾਂ ਸਿਕਿਉਰਿਟੀ ਗਾਰਡ ਰੱਖੇ ਹੋਏ ਆ, ਉਹ 50-100 ਰੁਪਈਆ ਘੰਟੇ ਦੇ ਹਿਸਾਬ ਨਾਲ ਵਸੂਲ ਕਰਦੇ ਆ। ਲੇਕਿਨ ਅਗਰ ਉਸ ਤੋਂ ਇਲਾਵਾ ਕਿਤੇ ਬਾਹਰ ਰੋਡ ਦੇ ਉੱਤੇ ਗੱਡੀਆਂ ਕੋਈ ਵੀ ਖੜ੍ਹੀਆਂ ਹੁੰਦੀਆਂ, ਉਹਨੂੰ ਟੋਅ ਕਰਕੇ ਪੁਲਿਸ ਪ੍ਰਸ਼ਾਸਨ ਵੱਲੋਂ ਲੈ ਕੇ ਜਾਂਦੀਆਂ, ਲੇਕਿਨ ਉਹਦੇ 'ਚ ਸਹੀ ਤਰੀਕੇ ਦੇ ਨਾਲ ਕੋਈ ਗੱਡੀਆਂ ਦੀ ਪਾਰਕਿੰਗ ਨਾ ਹੋਣ ਦੀ ਵਜ੍ਹਾ ਨਾਲ ਕਿਆ ਹੁੰਦਾ ਹੈ ਜੀ ਕਿ ਗੱਡੀਆਂ ਵਾਲਿਆਂ ਨੂੰ ਜਗ੍ਹਾ ਘੇਰ ਕੇ, ਜਿਹੜੇ ਵਿਚਾਰੇ ਰੇਹੜੀਆਂ ਵਾਲੇ ਆਪਣੇ ਬੱਚੇ ਪਾਲਦੇ, ਆਪਣੇ ਸਕੂਲਾਂ ਦੇ ਵਿੱਚ ਵੀ ਪੜ੍ਹਾਉਂਦੇ ਨੇ ਕਿ ਅਸੀਂ ਤਾਂ ਸਾਰੀ ਉਮਰ ਮਿਹਨਤ ਮਜ਼ਦੂਰੀ ਕਰਕੇ ਚੱਲ ਸਾਡੇ ਬੱਚਿਆਂ ਦਾ ਭਵਿੱਖ ਬਣ ਜਾਵੇ, ਅਤੇ ਉਹਨਾਂ ਦੇ ਢਿੱਡ ਦੇ ਕਿਤੇ ਨਾ ਕਿਤੇ ਲੱਤ ਵੀ ਵੱਜਦੀ ਆ। ਇਹਦੇ ਵਿੱਚ ਪੁਲਿਸ ਆਪਣਾ ਸਹੀ ਤਰੀਕੇ ਨਾਲ ਕੰਮ ਕਰ ਰਹੀ, ਪ੍ਰਸ਼ਾਸਨ ਆਪਣਾ ਸਹੀ ਤਰੀਕੇ ਨਾਲ ਕੰਮ ਕਰ ਰਿਹਾ, ਲੇਕਿਨ ਸਾਡੇ ਸ਼ਹਿਰ ਵਾਸੀ ਵੀ ਕਿਤੇ ਨਾ ਕਿਤੇ ਖੁਦ ਵੀ ਕਸੂਰਵਾਰ ਆ। ਅਸੀਂ ਸਾਰਾ ਦੋਸ਼ ਸਰਕਾਰਾਂ ਨੂੰ ਨਹੀਂ ਦੇ ਸਕਦੇ, ਕਿਤੇ ਨਾ ਕਿਤੇ ਸਾਡਾ ਆਪਣਾ ਵੀ ਕਸੂਰ ਆ। ਕਾਰਨ ਜਿਸ ਤਰ੍ਹਾਂ ਹੁਣ ਘੁਮਾਰ ਮੰਡੀ ਦੇ ਵਿੱਚ ਏਰੀਆ ਜਿਸ ਤਰ੍ਹਾਂ ਦਾ ਹੈ, ਉੱਥੇ ਪਾਰਕਿੰਗ ਰੋਡ ਦੇ ਉੱਤੇ ਲਵਾ ਦੇਣੀ, ਫਿਰ 50-100 ਰੁਪਈਆ ਘੰਟੇ ਦਾ ਵਸੂਲ ਕਰਨਾ, ਇੱਕ ਆਮ ਸ਼ਾਹੂਕਾਰ ਬੰਦਾ ਉੱਥੇ 5 ਘੰਟੇ ਗੱਡੀ ਪਾਰਕ ਕਰਕੇ 500 ਰੁਪਈਆ ਦੇ ਕੇ ਆਰਾਮ ਨਾਲ ਦੁਕਾਨਦਾਰ ਦਾ ਤਾਂ 500 ਰੁਪਈਆ ਬਣ ਗਿਆ, ਔਰ ਆਪ ਉਹ ਸਾਰਾ ਘੁਮਾਰ ਮੰਡੀ ਵਗੈਰਾ ਏਰੀਆ ਸਾਰਾ ਘੁੰਮ ਜਾਂਦੇ ਨੇ ਪੈਦਲ। ਲੇਕਿਨ ਉਹਦੇ ਵਿੱਚ
ਰੇਹੜੀਆਂ ਵਾਲੇ ਜਿਹੜੇ ਹੈਗੇ ਆ ਉਹ ਵਿਚਾਰਿਆਂ ਨੂੰ ਧੱਕੇ ਲਾ ਕੇ ਕਦੀ ਕਿਤੇ ਅਤੇ ਕਦੀ ਕਿਤੇ, ਇਸ ਤਰ੍ਹਾਂ ਉਹਨਾਂ ਦੀ ਰੋਜ਼ੀ ਰੋਟੀ 'ਤੇ ਵੀ ਲੱਤ ਵੱਜਦੀ ਆ। ਥੋੜ੍ਹਾ ਜਿਹਾ ਸਾਡਾ ਵੀ ਫਰਜ਼ ਬਣਦਾ ਹੈ ਕਿ ਅਸੀਂ ਆਪਣਾ ਗਰੀਬ ਜਨਤਾ ਜਿਹੜੀ ਕਿ ਆਪਣੇ ਬੱਚਿਆਂ ਦਾ ਭਵਿੱਖ, ਕਿਉਂਕਿ ਉਹ ਚੋਰੀਆਂ ਨਹੀਂ ਕਰ ਰਹੇ, ਉਹ ਕੋਈ ਡਾਕੇ ਨਹੀਂ ਮਾਰੇ, ਮਿਹਨਤ ਮਜ਼ਦੂਰੀ ਕਰ ਰਹੇ, ਕੋਈ ਗੁਨਾਹ ਨਹੀਂ ਕਰ ਰਹੇ, ਅਤੇ ਉਹਨਾਂ ਨਾਲ ਕਿਤੇ ਨਾ ਕਿਤੇ ਧੱਕਾ ਵੀ ਹੋ ਰਿਹਾ ਆ, ਇਹਦੇ 'ਚ ਅਸੀਂ ਖੁਦ ਕਸੂਰਵਾਰ ਹੈਗੇ ਹਾਂ। ਜੀ ਸਰ, ਸਭ ਤੋਂ ਪਹਿਲੇ ਨੰਬਰ 'ਤੇ ਜਿਹੜੀ ਇਹ ਟ੍ਰੈਫਿਕ ਦੀ ਸਮੱਸਿਆ ਹੈ ਸੋਲਵ ਕਰਨ ਦਾ ਇੱਕ ਆਪਣਾ ਫਰਜ਼ ਹੈ ਕਿ ਜਿਹੜੀਆਂ ਸਾਡੀਆਂ ਸਰਕਾਰਾਂ ਨੇ ਵਧੀਆ ਤਰੀਕੇ ਦੇ ਨਾਲ ਸੋਲਵ ਕਰ ਸਕਦੀਆਂ। ਸਾਡੇ ਕੋਲ ਐਸੇ ਸੜਕਾਂ ਦੇ ਆਲੇ ਦੁਆਲੇ ਬਹੁਤ ਸਾਰੇ ਐਸੀਆਂ ਗਰਾਊਂਡਾਂ ਹੈਗੀਆਂ ਨੇ ਜਿਨ੍ਹਾਂ ਨੂੰ ਅਗਰ ਰੇਹੜੀ ਫੜੀ ਵਾਲਿਆਂ ਨੂੰ ਜਿਸ ਤਰ੍ਹਾਂ ਮੰਡੀਆਂ ਲਗਾਉਣ ਵਾਸਤੇ ਪਰਮਿਸ਼ਨ ਦਿੱਤੀ ਜਾਵੇ ਜਾਂ ਰੇਹੜੀ ਫੜੀ ਇੱਕ ਚੌਪਾਟੀਆਂ ਬਣਾਈਆਂ ਜਾਣ, ਤਾਂ ਕਿ ਉੱਥੇ ਟ੍ਰੈਫਿਕ ਦੀ ਸਮੱਸਿਆ ਨਾ ਆਵੇ। ਹੁਣ ਦੇਖਿਓ ਦਿੱਲੀ ਦੇ ਵਿੱਚ ਇੰਨੀ ਜ਼ਿਆਦਾ ਟ੍ਰੈਫਿਕ ਦੀ ਸਮੱਸਿਆ ਸੀ ਬਹੁਤ ਹੀ ਜਗ੍ਹਾ ਦੇ ਉੱਤੇ, ਉਹਨਾਂ ਨੂੰ ਕਨਵਰਟ ਕਰਕੇ ਉਹਨਾਂ ਨੂੰ ਜਗ੍ਹਾ ਦੇ ਕੇ ਰੇਹੜੀ ਫੜੀ ਵਾਲਿਆਂ ਦੀ ਵੀ ਰੋਜ਼ੀ ਰੋਟੀ ਦਾ ਖਿਆਲ ਰੱਖਿਆ ਗਿਆ। ਅਤੇ ਮੈਂ ਹੀ ਬੇਨਤੀ ਕਰਾਂਗਾ ਪ੍ਰਸ਼ਾਸਨ ਤੋਂ ਕਿ ਇਹਨਾਂ ਦੀ ਜਿਹੜਾ ਰੋਜ਼ੀ ਰੋਟੀ ਦਾ ਸਾਧਨ ਹੈ ਜਿਹੜਾ ਇਹਨਾਂ ਤੋਂ ਖੋਇਆ ਨਾ ਜਾਵੇ, ਕਿਉਂਕਿ ਆਉਣ ਵਾਲੇ ਟਾਈਮ 'ਤੇ ਕਿਤੇ ਨਾ ਕਿਤੇ ਕੋਈ ਆਟੋ ਚਾਲਕ ਦੀ ਬੇਟੀ IPS ਵੀ ਬਣੀ ਹੈ, ਅਤੇ ਕਿਤੇ ਆਟੋ ਚਾਲਕ ਦਾ ਬੇਟਾ ਜੱਜ ਵੀ ਬਣਿਆ ਹੈ, ਕਿਤੇ ਨਾ ਕਿਤੇ ਕੋਈ ਨਾ ਕੋਈ ਤਰੱਕੀ ਦਾ ਰਸਤਾ ਹੈ। ਅਸੀਂ ਉਹਨਾਂ ਬੱਚਿਆਂ ਦੇ ਭਵਿੱਖ ਨਾਲ ਨਾ ਖੇਡੀਏ, ਜੇ ਅਸੀਂ ਦੁਕਾਨਦਾਰ ਹਾਂ ਤਾਂ ਰੇਹੜੀ ਫੜੀ ਵਾਲਿਆਂ ਦਾ ਜ਼ਰੂਰ ਧਿਆਨ ਰੱਖੀਏ, ਅਤੇ ਜਿਹੜੇ ਮਹਿੰਗੀਆਂ ਗੱਡੀਆਂ ਲੈ ਕੇ ਘੁੰਮਦੇ ਹਾਂ ਆਪਾਂ ਕਿਸੇ ਗਰੀਬ ਨੂੰ ਰੋਟੀ ਤਾਂ ਨਹੀਂ ਦੇ ਸਕਦੇ, ਲੇਕਿਨ ਉਹਨਾਂ ਦੀ ਰੋਟੀ ਵੀ ਨਾ ਖੋਵੋ। ਮੈਂ ਸਾਰੇ ਪੰਜਾਬ ਵਾਸੀਆਂ ਦੇ ਅੱਗੇ ਬੇਨਤੀ ਕਰਾਂਗਾ ਕਿ ਅਗਰ ਤੁਸੀਂ ਕਿਤੇ ਵੀ ਸ਼ੋਪਿੰਗ ਵਗੈਰਾ ਕਰਨ ਆਉਂਦੇ ਹੋ ਤਾਂ ਆਪਣੀਆਂ ਗੱਡੀਆਂ ਖੁੱਲ੍ਹੀ ਜਗ੍ਹਾ ਦੇ ਉੱਤੇ ਜਾ ਕੇ ਪਾਰਕ ਕਰੋ, ਤਾਂ ਕਿ ਅੱਗੋਂ ਜਿਹੜੇ ਗਰੀਬ ਵਰਗ ਹੈਗਾ ਜਿਹੜਾ ਆਪਣੀ ਰੋਜ਼ੀ ਰੋਟੀ ਦਾ ਸਾਧਨ ਚਲਾ ਰਿਹਾ ਉਹਦੀ ਰੋਜ਼ੀ ਰੋਟੀ 'ਤੇ ਧੱਕਾ ਨਾ ਲੱਗੇ। ਹਾਂਜੀ, ਉਹਨੂੰ ਕੰਟਰੋਲ ਨਹੀਂ ਕਰ ਸਕਦਾ, ਇੱਕ ਪਾਸੇ ਵਨ ਵੇ ਲਿਖਿਆ ਹੋਇਆ ਟ੍ਰੈਫਿਕ, ਵਨ ਵੇ ਟ੍ਰੈਫਿਕ ਆਉਂਦੇ ਕਿਤੇ ਨਾ ਕਿਤੇ ਧੱਜੀਆਂ ਉਡਾਉਂਦੇ ਨੇ ਵੱਡੀਆਂ ਗੱਡੀਆਂ। ਹਾਂਜੀ ਸਰ, ਵਨ ਵੇ ਦੇ ਵਿੱਚ ਇੱਕ ਛੋਟਾ ਮੋਟਾ ਲੀਡਰ ਦੇ ਨਾਲ ਫੋਟੋ ਖਿਚਵਾ ਕੇ ਪਾਉਣ ਵਾਲਾ ਜਿਹੜਾ ਬੰਦਾ ਹੈ ਆਪਣੇ ਸ਼ਹਿਰਾਂ ਦੇ ਵਿੱਚ, ਦੋ ਚਾਰ ਬੋਰਡ ਲਵਾਏ ਹੁੰਦੇ, ਉਹ ਤਾਂ ਰੋਡਾਂ ਦੇ ਉੱਤੇ, ਉਹਨਾਂ ਨੂੰ ਕੋਈ ਵਨ ਵੇ ਨਹੀਂ ਆ, ਉਹਨਾਂ ਲਈ ਕੋਈ ਟ੍ਰੈਫਿਕ ਦੀ ਸਮੱਸਿਆ ਨਹੀਂ ਹੈ, ਨਾ ਹੀ ਉਹਨਾਂ ਲਈ ਕੋਈ ਪਾਬੰਦੀ ਆ। ਕਿਤੇ ਨਾ ਕਿਤੇ ਪੁਲਿਸ ਪ੍ਰਸ਼ਾਸਨ ਉਹਨਾਂ ਦੀ ਰਿਸਪੈਕਟ ਕਰਦੇ ਹੋਏ ਸ਼ਾਇਦ ਉਹਨਾਂ ਨੂੰ ਨਹੀਂ ਰੋਕਦਾ, ਲੇਕਿਨ ਲੋਕ ਆਪਣੇ ਇਸ ਅਹੁਦੇ ਦਾ, ਆਪਣੇ ਰੁਤਬੇ ਦਾ ਨਜਾਇਜ਼ ਫਾਇਦਾ ਚੱਕਦੇ ਹੋਏ ਉਹਨਾਂ ਨੂੰ ਵੀ ਆਪਣੀ ਡਿਊਟੀ ਤੋਂ ਲਾਪਰਵਾਹੀ ਕਰਨ ਲਈ ਜਾਂ ਅਣਦੇਖਿਆ ਕਰਨ ਲਈ ਮਜਬੂਰ ਕਰ ਦਿੰਦੇ ਆ। ਜੇ ਆਪਣੇ ਕੋਲ ਕੋਈ ਅਹੁਦਾ ਹੈ ਜਾਂ ਆਪਣੇ ਕੋਲ ਕੋਈ ਪਹੁੰਚ ਹੈ, ਉਹਨੂੰ ਪ੍ਰੋਪਰ ਤਰੀਕੇ ਦੇ ਨਾਲ ਤੁਸੀਂ ਉਸ ਚੀਜ਼ ਨੂੰ ਪਾਰਕਿੰਗ ਵਾਲੀ ਜਗ੍ਹਾ 'ਤੇ, ਅਗਰ ਤੁਸੀਂ ਸ਼ਹਿਰ 'ਚ ਸ਼ੋਪਿੰਗ ਕਰਨ ਗਏ ਪਾਰਕਿੰਗ ਵਾਲੀ ਜਗ੍ਹਾ ਦੇ ਉੱਤੇ ਲਗਾਓ, ਤਾਂ ਕਿ ਕਿਸੇ ਹੋਰ ਨੂੰ ਕੋਈ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ। ਅਤੇ ਇਹਦੇ 'ਚ ਪੁਲਿਸ ਆਪਣਾ ਵਧੀਆ ਤਰੀਕੇ ਨਾਲ ਡਿਊਟੀ ਕਰ ਰਹੀ ਆ, ਜਿੱਥੇ ਨੋ ਪਾਰਕਿੰਗ ਜਾਂ ਕਿਤੇ ਵੀ ਰੋਡ ਦੇ ਉੱਤੇ ਗੱਡੀਆਂ ਜਿਹੜੀਆਂ ਖੜ੍ਹੀਆਂ ਨੇ ਜਿਹੜੀਆਂ ਕਿ ਟ੍ਰੈਫਿਕ ਨੂੰ ਦਿੱਕਤ ਪੈਦਾ ਕਰਦੀਆਂ, ਉਹ ਟੋਅ ਵੀ ਕਰਕੇ ਲੈ ਕੇ ਜਾਂਦੇ, ਲੇਕਿਨ ਸਾਡਾ ਸਮਾਜ ਹੈ ਉਹ ਕਦੀ ਨਹੀਂ ਸੁਧਰ ਸਕਦਾ। ਕੋਈ ਰੇਹੜੀ ਫੜੀਆਂ ਦਾ ਗੱਲ ਇੱਦਾਂ ਵਾ ਕਿ ਬਾਜ਼ਾਰ ਵਾਲਿਆਂ ਨੂੰ ਵੀ ਦਿਖਦਾ ਕਿ ਆਹ ਵਿਚਾਰਿਆਂ ਨਾਲ ਥੋੜ੍ਹੀ ਨਜਾਇਜ਼ ਹੋ ਜਾਂਦੀ ਹੈ ਕਈ ਵਾਰੀ ਸਰਕਾਰ ਕੋਲੋਂ, ਬਟ ਗੱਲ ਆਹ ਵਾ ਕਿ ਅਗਰ ਉਹ ਰੇਹੜੀਆਂ ਫੜੀਆਂ ਲਗਾਉਂਦੇ ਆ ਨਾ, ਤਾਂ ਬਾਜ਼ਾਰ ਵਾਲਿਆਂ ਨੂੰ ਵੀ ਬਹੁਤ ਦਿੱਕਤ ਆਉਂਦੀ ਹੈ। ਜਿਹੜੇ ਲੋਕ ਲੱਖਾਂ ਕਰੋੜਾਂ ਰੁਪਏ ਲਗਾ ਕੇ ਆਪਣਾ ਕੰਮ ਕਰ ਰਹੇ ਆ, ਉਹਨਾਂ ਨੂੰ, ਉਹਨਾਂ ਦੇ ਕਸਟਮਰਾਂ ਨੂੰ ਪਾਰਕਿੰਗ ਵਾਸਤੇ ਜਗ੍ਹਾ ਨਹੀਂ ਮਿਲਦੀ। ਆਹ ਸ਼ਾਇਦ ਉਹਨਾਂ ਵਾਸਤੇ ਹੀ, ਉਹਨਾਂ ਦੀ ਡਿਮਾਂਡ 'ਤੇ ਹੀ ਆਹ ਕੰਮ ਸਟੈਪ ਚੱਕਣਾ ਪਿਆ ਕਾਰਪੋਰੇਸ਼ਨ ਨੂੰ। ਅਤੇ ਆਹ ਇੱਦਾਂ ਵਾ ਕਿ ਇਹਨਾਂ ਨੂੰ ਸਰਕਾਰ ਵੱਲੋਂ ਪ੍ਰੋਪਰ ਜਗ੍ਹਾ ਮਿਲੂਗੀ, ਜਿੱਦਾਂ ਖਾਲਸਾ ਕਾਲਜ ਦੇ ਸਾਹਮਣੇ ਪਹਿਲੇ ਜਿੱਦਾਂ ਕਿ ਉੱਥੇ ਲੱਗਦੀ ਸੀਗੀ ਕੁਛ ਖਾਣ ਪੀਣ ਦੀਆਂ ਰੇਹੜੀਆਂ ਲੱਗਦੀਆਂ ਸੀਗੀਆਂ, ਉੱਥੇ ਵੀ ਆਹੀ ਦਿੱਕਤ ਸੀਗੀ। ਅਤੇ ਉਸ ਤੋਂ ਬਾਅਦ ਉਹਨਾਂ ਨੂੰ ਅੱਗੇ ਇੱਕ ਚੌਪਾਟੀ ਬਣਾਈ ਗਈ ਜਿਸ ਜਗ੍ਹਾ 'ਤੇ ਉਹਨਾਂ ਨੂੰ ਪ੍ਰੋਪਰ ਜਗ੍ਹਾ ਦਿੱਤੀ ਗਈ। ਹੁਣ ਉਸ ਜਗ੍ਹਾ 'ਤੇ ਨਾ ਉਹਨਾਂ ਨੂੰ ਕਾਰਪੋਰੇਸ਼ਨ ਤੋਂ ਖਤਰਾ ਸੀਗਾ, ਅਤੇ ਉਸ ਤੋਂ ਬਾਅਦ ਜਿਹੜੇ ਕਸਟਮਰ ਸੀਗੇ ਉਹਨਾਂ ਨੂੰ ਵੀ ਉੱਥੇ ਪਾਰਕਿੰਗ ਨੂੰ ਜਗ੍ਹਾ ਮਿਲ ਜਾਂਦੀ ਸੀਗੀ, ਅਤੇ ਉਹਨਾਂ ਦਾ ਕੰਮ ਪਿਛਲੇ ਕਈ ਸਾਲਾਂ ਤੋਂ ਫਸਟ ਕਲਾਸ ਚੱਲ ਰਿਹਾ। ਇਸੇ ਤਰ੍ਹਾਂ ਨਾਲ ਇੱਥੇ ਵੀ ਆਪਾਂ ਸਰਕਾਰ ਜਿਹੜੀ ਹੈ ਉਹਨਾਂ ਨੂੰ ਕੋਈ ਜਗ੍ਹਾ ਦੇ ਦੇਗੀ, ਅਤੇ ਇਹਦੇ ਨਾਲ ਦੋਨੋਂ ਮਸਲੇ ਹੱਲ ਹੋ ਜੂਗਾ ਕਿ ਉਹਨਾਂ ਨੂੰ ਵੀ ਕੋਈ ਦਿੱਕਤ ਨਹੀਂ ਆਏਗੀ, ਅਤੇ ਜਿਹੜੇ ਮਾਰਕੀਟ ਦੇ ਦੁਕਾਨਦਾਰ ਹੈਗੇ ਆ ਦੁਕਾਨਦਾਰਾਂ ਦੇ ਕਸਟਮਰ ਨੂੰ ਵੀ ਜਗ੍ਹਾ ਮਿਲ ਜਾਏਗੀ। ਕਿਉਂਕਿ ਉਹ ਜਦੋਂ ਪਹਿਲੇ ਸੜਕ 'ਤੇ ਗੱਡੀ ਪਾਰਕ ਕਰਕੇ ਦੁਕਾਨਦਾਰਾਂ ਕੋਲ ਸਮਾਨ ਲੈਣ ਜਾਂਦਾ ਸੀ, ਉਹਨਾਂ ਦੀ ਗੱਡੀ ਟੋਅ ਹੋ ਜਾਂਦੀ ਸੀਗੀ। ਲੇਡੀਜ਼ ਦੀ ਗੱਡੀ ਟੋਅ ਹੋ ਜਾਵੇ ਵਿਚਾਰੀ, ਜਿਹੜੀ ਗੱਡੀ 'ਤੇ ਆਈ ਹੈ, ਜਿਹੜੀ 10 ਲੱਖ 20 ਲੱਖ ਜਾਂ 50 ਲੱਖ ਦੀ ਗੱਡੀ 'ਤੇ ਆਈ ਹੈ, ਉਹਨੂੰ ਵਾਪਸ ਰਿਕਸ਼ੇ 'ਤੇ ਜਾਣਾ ਪਵੇ, ਤਾਂ ਉਹ ਫਿਰ ਦੁਬਾਰਾ ਕਦੀ ਘੁਮਾਰ ਮੰਡੀ 'ਚ ਐਂਟਰ ਨਹੀਂ ਸੀ ਹੁੰਦੇ, ਔਰ ਇੱਕ ਦੇ ਨਾਲ 50 ਕਸਟਮਰ ਟੁੱਟਦੇ ਸੀਗੇ। ਇਸ ਦੇ ਨਾਲ ਘੁਮਾਰ ਮੰਡੀ ਦੇ ਬਾਜ਼ਾਰ ਨੂੰ ਕਾਫੀ ਜ਼ਿਆਦਾ ਨੁਕਸਾਨ ਹੋ ਰਿਹਾ ਸੀ ਪਿਛਲੇ ਕਈ ਸਾਲਾਂ ਤੋਂ, ਅਤੇ ਆਹ ਇਸੇ ਕਾਰਨ ਮੈਨੂੰ ਲੱਗਦਾ ਹੈ ਵੀ ਕਾਰਪੋਰੇਸ਼ਨ ਨੇ ਆਹ ਸਟੈਪ ਚੱਕਿਆ, ਕਿਉਂਕਿ ਕਈ ਲੋਕ ਕੰਪਲੇਂਟ ਕਰਦੇ ਰਹਿੰਦੇ ਸੀਗੇ ਕਿ ਸਾਨੂੰ ਪਾਰਕਿੰਗ ਦੀ ਪ੍ਰੋਬਲਮ ਹੈ, ਉਹ ਉਸ ਗੱਲ ਦਾ ਹੱਲ ਕੱਢਿਆ ਸਰਕਾਰ ਨੇ, ਅਤੇ ਹੋਰ ਕੋਈ ਐਸੀ ਗੱਲ ਨਹੀਂ ਹੈ, ਉਹਨਾਂ ਦਾ ਵੀ ਧਿਆਨ ਰੱਖਿਆ ਜਾਏਗਾ, ਕਾਰਪੋਰੇਸ਼ਨ ਔਰ ਸਰਕਾਰ ਉਹਨਾਂ ਦਾ ਵੀ ਧਿਆਨ ਰੱਖੇਗੀ।